चालित कुल की
कभी दुनिया के दुख कबीर दुनिया के दुख हुआ चालत कुल की कार दुनिया के दुख हुआ बहु प्रपंच कर पर धन लियाओ बहु परपंच कर पर धन लियाओ सुत धारा है आन लुटाओ मन मेरे भूले कपट ना कीजे अंत न बेरा तेरे जी पहलीजे छिन छिन तन छीजे छिन छिन तन छीजे जरा जनावे तब तेरी ओक को पानियों न पावे दुनिया के धोखे हुआ नानक दुनिया कैसी हो दुनिया के दुखे हुआ नानक दुनिया कैसी हो साल को मित ना रहे हो भाई बंदी हेत चुकाया भाई बंदी हेत चुकाया दुनिया का दीन गवाया दुनिया के दुख हुआ दीन गवाया दुनिया दीन गवाया दुनिया दुनिया चाली साथ दुनिया के दुखे हुआ दुनिया चाली साथ पाए कुहाड़ा मारिया प्याफल अपने हाथ दुनिया के दोखे हुआ देहोरी लो दुनिया कैसी हो देहोरी लो बरी नार संग वही देख ले दरवाजे तक कदी पुरातन समय थे एहो रवाज के पत्नी सिर्फ लाश नाल दे नाल दरवाजे तक ही जांदी सी उस तो अगे नाल नहीं सन ले जांदी अगे रिश्तेदार संबंधी बरादरी वाले जांदे सन बाणी विच भी एहो ही लफज आए दोहरी लो बरी नार संग भई बरी दा भाव है बरी हुई व्याई हुई आगे सज्जन सुहेला मित्र दोस्त संबंधी ते ओ भी बहुत ही दूर तक नहीं मरघट लो सब लोग कुटांबो भयो भलिया अगे हंस अकेला कोई तेरे नाल नहीं गया जिन्ना लई तू जीवन गुजारिया विचों गर्भ निकल आया
ਖਸ਼ਮ ਵਿਸਾਰ ਦੁਨੀ ਚ ਤਲਾਇਆ ਜਦੋਂ ਤੂੰ ਗਰਭ ਮਾਤਾ ਦੇ ਗਰਭ ਵਿੱਚੋਂ ਬਾਹਰ ਆਇਆ ਦੁਨੀਆ ਤੈਨੂੰ ਬੜੀ ਚੰਗੀ ਲੱਗੀ ਤੂੰ ਰੱਬ ਵੀ ਭੁੱਲ ਗਿਆ ਖਸ਼ਮ ਵਿਸਾਰ ਦੁਨੀ ਚ ਤਲਾਇਆ ਅੱਖੀ ਵੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ ਉਸਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਾਦੀ ਜੀਭ ਨਾ ਰਜੀਆ ਕਰ ਭੋਗ ਬਿਲਾਸੇ ਨੱਕ ਨਾ ਰਜਾ ਵਾਸ ਲੈ ਦੁਰਗੰਧ ਸੁਵਾਸੇ ਰੱਜ ਨਾ ਕੋਈ ਜੀਵਿਆ ਦੁਨੀਆ ਇਸਨੂੰ ਇੰਨੀ ਚੰਗੀ ਲੱਗੀ ਜਿੰਨੀ ਦੇਰ ਮਰਜ਼ੀ ਇਸ ਦੁਨੀਆ ਵਿੱਚ ਰਹਿ ਰਿਹਾ ਔਖਾ ਵੀ ਹੋਇਆ ਸੌਖਾ ਵੀ ਹੋਇਆ ਪਰ ਦੁਨੀਆ ਛੱਡਣ ਲਈ ਤਿਆਰ ਖੂਬਸੂਰਤ ਲੱਗੀ ਨਾ ਇਸਨੂੰ ਦੁਨੀਆ ਬਸ ਇਸ ਦੁਨੀਆ ਨੂੰ ਖੁਸ਼ ਕਰਨ ਲਈ ਤੂੰ ਆਪਣਾ ਜੀਵਨ ਬਿਤਾਇਆ ਜੇ ਮੈਂ ਆਹ ਕੰਮ ਕੀਤਾ ਮਤ ਦੁਨੀਆ ਨੂੰ ਚੰਗਾ ਨਾ ਲੱਗੇ ਦੁਨੀਆ ਮੈਨੂੰ ਕੀ ਆਖੇਗੀ ਮੈਂ ਤਾਂ ਸੰਸਾਰਿਕ ਮਰਿਆਦਾ ਦੁਨੀਆ ਦੀ ਮਰਿਆਦਾ ਮੁਤਾਬਕ ਆਪਣੀ ਕੁੱਲ ਦੀ ਖਾਨਦਾਨ ਦੀ ਮਰਿਆਦਾ ਮੁਤਾਬਕ ਜਿਉਣਾ ਮੈਨੂੰ ਗੁਰੂ ਕੀ ਕਹਿੰਦਾ ਮੈਨੂੰ ਇਸ ਗੱਲ ਨਾਲ ਮਤਲਬ ਨਹੀਂ ਪਾਲਣੀ ਤਾਂ ਸੰਸਾਰ ਦੀ ਰਸਮ ਹੈ ਪਰ ਬਾਬਾ ਕਬੀਰ ਜੀ ਨੇ ਹੀ ਆਪਣੀ ਰਸਮਾਂ ਤੋਂ ਇੱਕ ਖਿਆਲ ਦਿੱਤਾ ਕਹਿਣ ਲੱਗੇ ਜਦੋਂ ਮੈਂ ਦੁਨੀਆ ਦੀ ਰਸਮ ਪਾਲਣ ਦਾ ਦੁਨੀਆ ਨੂੰ ਪ੍ਰਸੰਨ ਰੱਖਣ ਦਾ ਸੋਚਿਆ ਤੇ ਮੈਨੂੰ ਹੈਰਾਨਗੀ ਦੀ ਗੱਲ ਹੋਈ ਮਾਂ ਨੂੰ ਮੇਰੀ ਮਾਂ ਨੂੰ ਬਾਬਾ ਕਬੀਰ ਜੀ ਕਹਿੰਦੇ ਮੇਰੀ ਮਾਂ ਨੂੰ ਮੇਰਾ ਕੁੱਲ ਦੀ ਰਸਮ ਨਾ ਅਦਾ ਕਰਨਾ ਵੀ ਇੱਕ ਉਲਾਂਭਾ ਬਣ ਗਿਆ ਉਹਨੇ ਆਖਿਆ ਹਮਰੇ ਕੁੱਲ ਕੌਣੇ ਰਾਮ ਕਹੋ ਕਹਿਣ ਲੱਗਾ ਕੁੱਲ ਦੀ ਰਸਮ ਛੱਡ ਗਿਆ ਹਮਰੇ ਕੁੱਲ ਕੌਣੇ ਰਾਮ ਕਹੋ ਜਾਬਕੀ ਮਾਲਾਂ ਲਈ ਨਿਪੂਤੇ ਇਸ ਔਤਰੇ ਨੇ ਜਦੋਂ ਦੀ ਹੱਥ ਵਿੱਚ ਮਾਲਾਂ ਫੜੀ ਹੈ ਰਾਮ ਰਾਮ ਕਹਿਣ ਲੱਗਾ ਮੈਂ ਸੁੱਖ ਦਾ ਇੱਕ ਦਿਨ ਨਹੀਂ ਵੇਖਿਆ ਮਾਂ ਉਲਾਂਭਾ ਪੈ ਦਿੰਦੀ ਹੈ ਇਸ ਗੱਲ ਦੇ ਕਿ ਇਹ ਘਰ ਕੇ ਦੇਵ ਪਿੱਤਰ ਕੀ ਛੋਡੀ ਗੁਰਪੁਰ ਸ਼ਬਦ ਲਏ ਹੋ ਇਹਨੇ ਘਰ ਦੇ ਦੇਵਤਿਆਂ ਦੀ ਪਿੱਤਰ ਦੀ ਰਸਮ ਕੁੱਲ ਛੱਡ ਦਿੱਤੀ ਬਸ ਇਹੋ ਹੀ ਮੈਨੂੰ ਉਲਾਂਭਾ ਦੁਨੀਆਂ ਤੇ ਇਹ ਚਾਹੁੰਦੀ ਮੈਂ ਹੈਰਾਨ ਹੁੰਦਾ ਜਦੋਂ ਗੁਰੂ ਨਾਨਕ ਨੇ ਆਪਣੇ ਖਾਨਦਾਨੀ ਪਿਤਾ ਪੁਰਖੀ ਦੀ ਰਸਮ ਛੱਡੀ ਤੇ ਬ੍ਰਾਹਮਣ ਨੂੰ ਆਖਿਆ ਮੈਂ ਇਹ ਜਨੇਊ ਨਹੀਂ ਪਾਉਣਾ ਤਾਂ ਉਦੋਂ ਲੋਕਾਂ ਨੇ ਗੁਰੂ ਨਾਨਕ ਨੂੰ ਵੀ ਆਖਿਆ ਹੋਵੇਗਾ ਤੇ ਇਹੋ ਹੀ ਆਖਿਆ ਹੋਵੇਗਾ ਇਹ ਪਿਤਰ ਦੀ ਆਪਣੇ ਬਜ਼ੁਰਗਾਂ ਦੀ ਰਸਮ ਛੱਡ ਗਿਆ ਇੱਥੇ ਬਸ ਨਹੀਂ ਅਮਰਦਾਸ ਜੀ ਨੇ ਜਦੋਂ ਸੀਸ ਤੇ ਗਾਗਰ ਉਠਾਈ ਹੋਈ ਸੀ ਤੇ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਇਸ਼ਨਾਨ ਕਰਨ ਲਈ ਗੁਰੂ ਦੇ ਪਾਣੀ ਦੀ ਗਾਗਰ ਭਰ ਕੇ ਲਿਆ ਰਿਹਾ ਸੀ ਦੁਨੀਆਂ ਦੇ ਲੋਕਾਂ ਨੇ ਉਦੋਂ ਵੀ ਇਹ ਆਖਿਆ ਸੀ ਕਿ ਇਹ ਅਮਰੂ ਨਿਥਾਵਾਂ ਕੁੜਮਾਂ ਦੇ ਘਰ ਪਾਣੀ ਪਿਆਉਂਦਾ ਹੈ ਇਹ ਕੁੱਲ ਦੀ ਆਪਣੇ ਖਾਨਦਾਨ ਦੀ ਦੁਨੀਆਂ ਦੀ ਰਸਮ ਭੁੱਲ ਗਿਆ ਹੈ ਇੱਕ ਖਿਆਲ ਕਰਿਓ ਗੁਰੂ ਨੇ ਇਹੋ ਗੱਲ ਬਾਬਾ ਕਬੀਰ ਜੀ ਦੀ ਹਸਤੀ ਤੋਂ ਅੱਜ ਦੁਹਰਾਈ ਆਖਣ ਲੱਗੇ ਦੁਨੀਆਂ ਦੇ ਲੋਕ ਸੰਸਾਰ ਨੂੰ ਖੁਸ਼ ਕਰਨ ਲਈ ਦੁਨੀਆਂ ਨੂੰ ਪ੍ਰਸੰਨ ਕਰਨ ਲਈ ਤੇ ਆਪਣੇ ਪਿਤਾ ਪੁਰਖੀ ਕੁੱਲਾਂ ਦੀ ਰਸਮ ਵਿੱਚ ਗ੍ਰਸ ਕੇ ਉਹਨਾਂ ਦੇ ਜੀਵਨ ਨੂੰ ਆਪਣਾ ਜੀਵਨ ਬਣਾ ਲੈਣ ਵਾਲਿਓ ਇੱਕ ਖਿਆਲ ਕਰਿਓ ਤਬ ਕੁੱਲ ਕਿਸ ਕਾ ਲਾਜ ਸੀ ਕਦੀ ਤੂੰ ਇਹ ਸੋਚਿਆ ਜਿਸ ਦੁਨੀਆਂ ਲਈ ਤੂੰ ਆਪਣਾ ਜੀਵਨ ਬਿਤਾ ਰਿਹਾ ਲੇਖੇ ਲਾ ਰਿਹਾ ਖਸਮ ਨੂੰ ਵੀ ਵਿਸਾਰ ਰਿਹਾ ਗੁਰੂ ਨੇ ਬਾਣੀ ਵਿੱਚ ਆਖਿਆ ਵਿੱਚੋਂ ਗਰਭ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਬਲਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਾਂ ਬਾਬਾ ਫਰੀਦ ਨੂੰ ਮੁਖਾਤਬ ਕਰਕੇ ਇਹ ਗੱਲ ਆਖ ਦਿੱਤੀ ਮਹੱਲਾ ਪੰਜਵਾਂ ਪਰ ਮੁਖਾਤਬ ਫਰੀਦ ਨੂੰ ਕੀਤਾ ਗਿਆ ਫਰੀਦਾ ਦਿਲ ਰੱਤਾ ਇਸ ਦੁਨੀ ਸਿਉ ਦੁਨੀ ਨਾ ਕਿਤੇ ਕੰਮ
तू अपना दिल इस दुनिया का गुलाम बना के रखा होया है। जो मेरी दुनिया नु चंगा लगे मैं ओ करा ओ कमावा, पर वेख बाबा कबीर कहते ने जिस दिन तू शरीर छड के एक तन दे रूप विच होया ता ओहो ही कुल दे ओहो ही खानदान दे लोग उन्होंने ये लज्जा भी नहीं रखनी कि सारी जिंदगी सानू खुश करता रहा, हुण उन्होंने उठा के तैनू बल्दी हुई चिखा विच रख देना, उन्होंने लज्जा नहीं आउणी। इसलिए अपने जीवन का संभाला गुरु दे हुकम विच कर, इहो गल बाबा कबीर जी ने आखी कहन लगे। दुनिया के दुखे दुनिया के दुखे चालत कुल की कान चालत कुल की कान दुनिया के दुखे तब कुल का किसका लाज सी तब कुल किसका लाज सी जी ने आज दे इस लड़ीवार चल रहे श्लोक विच फरमाए एक चेतावनी देती है, वो भरिया दुनिया ने खसम को पुछ के जीवन गुजारा, दुनिया दे आखे लग के नहीं, दुनिया नूं खुश करन लई नहीं, दुनिया ते संसार कहंदे ने, दुनिया दे लोग ही कहंदे ने, दुनिया ते कदी किसे ने खुश कीती नहीं, पर तेरी अवस्था कैसी बन गई कि ए जग मिठा अगला पिंड डिठा। बाबा कबीर जी ने अपनी रचना तो फैसला दिता, कहन लगे मैनूं हुण पता लगा है हुण मैं दुनिया की परवाह नहीं करदा, हुण मैं समझ गया अपनी रचना तो
बाबा कबीर जी ने ही एक गल आखी कि कह कबीर अब जानिया जब जानिया तो मन मानिया मन माने लोग ना भतीजे तो क्या कीजे है। इस दुनिया ने तक कदे गुरु अमरदास साहिब नु भी अमरू मिथावा आखिया शीश ते गागर वेख के, पर दुनिया नु की पता के इस अमरदास दे शीश ते उठाई हुई गागर पानी दी कल नु दीन दुनिया दे राज दा ताज बन जाना है। पर संसार नहीं पछाणदा, इसलिए तू संसार नु खुश रखन दी बजाय अपने मालिक नाल अपने गुरु नाल अपने रब नाल नेहो लगा के रख। वाहिगुरु जी का खालसा, वाहिगुरु जी की फतेह।